पूरे 10 साल बाद मैनू कल उन्होंने कॉल की थी मैंने आए दसनी मैं पता भी नहीं लगे कदों मैं हेल्पर मिले दवाई देने का है आज के बारे में ओके तो प्लीज आगे आओ तो ताकि हम टाइम भी सेव करेंगे बैठा हुआ
ਇਹਦਾ ਮੈਂ ਬਹੁਤ ਸਮਾਂ ਬੋਲਦਾ ਹਾਂ ਅੱਜ ਜਦੋਂ ਮੈਂ ਘਰੋਂ ਤੁਰਿਆ ਸੀਗਾ ਨਾ ਮੈਨੂੰ ਨੋਰਮਲੀ ਲੱਗਦਾ ਸੀਗਾ ਕਿ ਨੋਰਮਲੀ ਜਾਵਾਂਗੇ ਮੈਨੂੰ ਮੋਰਨਿੰਗ ਲੱਗਦੀ ਸੀ ਮੋਰਨਿੰਗ ਕਿ ਵੀ ਨੋਰਮਲ ਚੱਲਦਾ ਵਾ ਫਿਰ ਦਿਨ ਚੱਲਦਾ ਵਾ ਬਟ ਜਦੋਂ ਬੈਠ ਕੇ ਜਦੋਂ ਆਪਾਂ ਪ੍ਰਾਰਥਨਾ ਕੀਤੀ ਨਾ ਤਾਂ ਮੈਨੂੰ ਫੀਲ ਹੋਇਆ ਕਿ ਮੇਰੇ ਵਿੱਚ ਕੁਛ ਹੈ ਜੋ ਮੈਨੂੰ ਬਾਰ ਬਾਰ ਕਹਿੰਦੇ ਅੱਖਾਂ ਖੋਲ ਸੁਣ ਅੱਖਾਂ ਖੋਲ ਬਾਰ ਬਾਰ ਮੈਨੂੰ ਕਹਿ ਰਹੇ ਸੀ ਕੋਈ ਅੱਖਾਂ ਖੋਲ ਕੋਈ ਮੇਰਾ ਆਪਣਾ ਲੱਗਦਾ ਸੀ ਮੈਨੂੰ ਕਿ ਮੈਨੂੰ ਉਹ ਕਹਿ ਰਿਹਾ ਕਿ ਅੱਖਾਂ ਖੋਲ ਸੁਣ ਬਾਰ 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 ਉਹਦੇ ਬਾਅਦ ਚੋਂ ਫਿਰ ਵੀ ਮੈਂ ਅੱਖਾਂ ਬੰਦ ਕੀਤੀਆਂ ਤਾਂ ਮੈਂ ਪਰਮੇਸ਼ਵਰ ਦਾ ਨਾਮ ਲਿਆ ਮੈਨੂੰ ਪਾਸੇ ਡਰ ਲੱਗਿਆ ਸੀਗਾ ਜਦੋਂ ਵੀ ਤੂੰ ਡਰ ਲੱਗਿਆ ਨਾ ਤੂੰ ਸੋਚੀ ਨਾ ਕਿਤੇ ਡਰ ਲੱਗਦਾ ਤੂੰ ਹਮੇਸ਼ਾ ਮੰਨ ਕੇ ਤੇਰਾ ਪਰਮੇਸ਼ਵਰ ਤੇਰੇ ਨਾਲ ਆ ਮੈਂ ਇੰਨਾ ਤੇ ਜਾ ਲੱਗਦਾ ਸੀ ਮੈਂ ਜਾ ਕੇ ਜਦੋਂ ਮੇਰੀ ਡਿਲੀਵਰੀ ਹੋਈ ਤਾਂ ਮੈਂ ਜਾ ਕੇ ਮੰਮੀ ਨੂੰ ਲੱਭ ਰਿਹਾ ਸੋਚਾ ਕੇ ਫਿਰ ਵੀ ਮੈਂ ਉੱਥੇ ਖੜ ਕੇ ਮੇਰਾ ਸਾਰਾ ਸਰੀਰ ਕੰਬ ਰਿਹਾ ਸੋਚਦੇ ਜਾ ਕੇ ਵਾਪਸ ਪਿੱਛੇ ਆ ਕੇ ਮੈਂ ਕਹ ਰਹੀ ਮੰਮੀ ਕਿੱਥੇ ਆ ਮੰਮੀ ਕਿੱਥੇ ਆ ਉਹਦੇ ਬਾਅਦ ਕਿਉਂ ਇੰਨਾ ਤੇ ਜਾ ਫਿਰ ਮੈਂ ਕਿਹਾ ਵੀ ਨਹੀਂ ਮਾਤਾ ਨੂੰ ਪਹਿਲਾਂ ਮੇਰਾ ਪਰਮੇਸ਼ਵਰ ਮੇਰੇ ਨਾਲ ਉੱਥੇ ਜਾ ਕੇ ਫਿਰ ਪੜ ਗਿਆ ਸਾਰਾ ਦਿਨ ਲੋਡ ਹੋਣ ਲੱਗ ਗਿਆ ਸਾਰਾ ਕੁਛ ਠੀਕ ਹੋਣ ਲੱਗ ਗਿਆ ਤੇ ਜਦੋਂ ਮੈਂ ਕਿਹਾ ਵੀ ਮੇਰਾ ਸੱਚਮੁੱਚ ਮੇਰਾ ਪਰਮੇਸ਼ਵਰ ਮੇਰੇ ਨਾਲ ਆ ਉਹਦੇ ਬਾਅਦ ਚੋਂ ਮੈਨੂੰ ਪੁੱਛਿਆ ਕੀ ਹੋਇਆ ਮੈਂ ਕਿਹਾ ਮੈਨੂੰ ਇੱਦਾਂ ਵੀ ਹੋ ਰਿਹਾ ਜਿੱਦਾਂ ਆਪਾਂ ਕਹਿੰਦੇ ਵੀ ਕਿਉਂ ਆਪਣੇ ਤੇ ਪੂਰਾ ਭਾਰਾ ਹੋ ਗਿਆ ਕੋਈ ਚੀਜ਼ ਦਾ ਤੇ ਆਪਾਂ ਰੱਖ ਲਈਏ ਤਾਂ ਆਪਾਂ ਕਿੰਨਾ ਚੰਗਾ ਲੱਗਦਾ ਆਪਾਂ ਨੂੰ ਮਹਿਸੂਸ ਹੁੰਦਾ ਨਾ ਵੀ ਆਪਾਂ ਹਲਕੇ ਹੋ ਗਏ ਹਾਂ ਇੱਦਾਂ ਵੀ ਹੋ ਗਿਆ ਹਲਕੇ ਹੋ ਗਏ ਆਪਾਂ ਉਹਦੇ ਬਾਅਦ ਚ ਜਦੋਂ ਦੁਬਾਰਾ ਪਾਸੇ ਡਾਇਗਰ ਨੂੰ ਪਹੁੰਚਾ ਕੀਤਾ ਉਹਦੇ ਬਾਅਦ ਚ ਮੈਨੂੰ ਕੁਛ ਨਹੀਂ ਦਿਖਿਆ ਉੱਥੇ ਸਿਰਫ ਮੈਨੂੰ ਇੱਕ ਬਾਈਕ ਵਾਸ਼ੀ ਦਿਸ ਰਹੀ ਸੀ ਤੇ ਮੈਨੂੰ ਇੱਕ ਕਿਸੇ ਦਾ ਨਾਮ ਆਇਆ ਚਲੋ ਸ਼ਾਇਦ ਉਹ ਪਤਾ ਨਹੀਂ ਕੀ ਆ ਮੈਂ ਗੁਰਦੇਵ ਨੂੰ ਦੱਸਿਆ ਉਹ ਚੀਜ਼ ਬਾਰੇ ਕਿ ਮੈਨੂੰ ਬਾਹਰ ਉਹ ਚੀਜ਼ ਦੀ ਪੁਕਾਰ ਆਈ ਆ ਬਾਈਬਲ ਦੇ ਵਿੱਚ ਉਹ ਬਹੁਤ ਵੱਡਾ ਨੇਮ ਆ ਕਿ ਜਦੋਂ ਮੈਂ ਗੁਰਦਾਂ ਭਾਰ ਸੀ ਤਾਂ ਉਹ ਚੀਜ਼ ਦਾ ਬਾਰ 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 ਇੱਕ ਹੀ ਨਹੀਂ ਮਾਰਿਆ ਸੀ ਜਾਣਦਾ ਮੈਂ 15-20 ਨਾਮਾਂ ਨੂੰ ਬਾਈਬਲ ਦੇ ਵਿੱਚੋਂ ਇੱਕ ਚੀਜ਼ ਦੇ ਜੋ ਨਾਮ ਮਾਰਿਆ ਸੀ ਮੈਂ ਦਵਿੰਦਰ ਵੀਰ ਨਾਲ ਗੱਲ ਕੀਤੀ ਤੇ ਕਿਹਦੀ ਵੀਰਾ ਕਹਿੰਦਾ ਆਪਾਂ ਰੋਕੇ ਗੱਲ ਕਰਦੇ ਹਾਂ ਉਹ ਚੀਜ਼ ਬਾਰੇ ਵੀ ਮੈਨੂੰ ਚੇਤੇ ਹੀ ਆ ਜੂਗਾ ਹਾਂ ਅੱਜ ਮੈਂ ਹਾਂ ਜਿਸ ਦਿਨ ਮੈਂ ਪਹਿਲੇ ਹੀ ਆਇਆ ਸੀਗਾ ਉਸ ਦਿਨ ਤੋਂ ਲੈ ਕੇ ਮੈਨੂੰ ਪਤਾ ਸੀ ਕਿ ਖੁਦਾ ਹੈ ਪਰਮੇਸ਼ਵਰ ਮੇਰਾ ਜਿੰਦਾ ਆ ਬਟ ਫੇਸ ਟੂ ਫੇਸ ਕਦੇ ਮਿਲਦਾ ਆ ਇਹ ਨਹੀਂ ਪਤਾ ਸੀਗਾ ਉਹ ਅੱਜ ਪਤਾ ਲੱਗਿਆ ਮੈਨੂੰ ਕਿ ਆਪਣੇ ਨਾਲ ਬਾਈਬਲ ਦੇ ਬੱਚੇ ਦੇ ਆਗੇ ਤੇਰੀ ਜਨਮਨ ਵਾਲੀ ਤੈਨੂੰ ਮਾਂ ਕਰ ਸਕਦੀ ਆ ਉਹ ਮੈਨੂੰ ਫੀਲ ਕਰ ਰਿਹਾ ਸੀਗਾ ਕਿਉਂਕਿ ਮੇਰੀ ਮੰਮੀ ਲੱਭ ਨਹੀਂ ਰਹੀ ਸੀ ਉੱਥੇ ਬਾਈਬਲ ਦੇ ਬੱਚੇ ਨਹੀਂ ਕਿਹਾ ਪਰ ਮੈਂ ਫੀਲ ਕੀਤਾ ਉੱਥੇ ਮੈਂ ਕਿਹਾ ਮੰਮੀ ਬੁਲਾ ਕੇ ਨਹੀਂ ਗਿਆ ਮੈਂ ਕਿਹਾ ਮੰਮੀ ਮੈਂ ਤਾਂ ਲੱਭਿਆ ਨਾ ਕਿੱਥੇ ਸੀ ਤੂੰ ਜਦੋਂ ਮੈਂ ਠੀਕ ਹੋ ਚੁੱਕਿਆ ਸੀ ਪੂਰਾ ਕੀ ਪਰਮੇਸ਼ਵਰ ਨੇ ਕਿਹਾ ਕਿ ਤੇਰੀ ਮਾਂ ਦਾ ਦੁੱਧ ਤਾਂ ਤੈਨੂੰ ਮਨ ਚੜਦਾ ਹੈਗਾ ਉਹ ਮੇਰੇ ਨਾਲ ਹਕੀਕਤ ਵਿੱਚ ਹੋਇਆ ਅੱਜ ਕਿ ਖੁਦਾ ਦਾ ਨੇਮ ਮੇਰੇ ਪ੍ਰਤੀ ਹੋ ਕੇ ਰਹਿ ਗਿਆ ਮੈਂ ਲੱਭ ਰਹੀ ਸੀ ਕਿ ਕਿੱਧਰ ਗਿਆ ਹੈ ਕਿ ਵੀਰ ਮੈਨੂੰ ਤਾਂ ਚੇਤਾ ਨਹੀਂ ਮੈਂ ਸਾਰੇ ਭਾਲ ਕੇ ਸਾਰੇ ਚ ਦੇਖ ਲਿਆ ਬਾਅਦ ਵਿੱਚ ਮੈਂ ਉੱਥੇ ਪੜ ਗਈ ਵੀ ਕਿ ਮੈਨੂੰ ਦਿਸੂਗਾ ਕਿੱਧਰ ਗਿਆ ਬਾਅਦ ਕਿ ਉੱਥੇ ਖੜੀ ਤੇ ਮੈਂ ਖੜੀ ਸੀ ਮੰਮੀ ਮੈਨੂੰ ਲੱਭਦੀ ਪਈ ਸੀ ਉੱਥੇ ਤੇ ਮੈਂ ਮੰਮੀ ਲੱਭਦਾ ਪਿਆ ਸੀਗਾ ਜੋ ਖੁਦਾ ਨੇ ਇਹ ਆਪਾਂ ਇਹ ਗੱਲ ਲੈ ਕੇ ਕਿ ਚਲੋ ਇਹ ਅੰਦਰ ਨਹੀਂ ਖੁਦਾ ਨੇ ਦਿਖਾਇਆ ਆ ਕਿ ਜੋ ਮੈਂ ਲਿਆ ਆ ਉਹ ਸੱਚ ਆ ਇਹ ਚੀਜ਼ ਹਕੀਕਤ ਆ ਇਹ ਚੀਜ਼ ਇਹ ਮੁਸਾਦਤ ਕਿ ਤੁਸੀਂ ਚਾਰ ਲਾਈਨਾਂ ਪੜ੍ਹ ਲਈਆਂ ਤਾਂ ਤੁਸੀਂ ਆਪ ਨੂੰ ਇਹ ਸੱਚ ਆ ਬਾਕੀ ਝੂਠ ਆ ਬਾਕੀ ਛੱਡ ਦਿਓ ਜੋ ਚੀਜ਼ ਉਹਦੇ ਵਿੱਚ ਲਿਖੀ ਆ ਇੱਕ ਇੱਕ ਲਾਈਨ ਲਿਖੀ ਆ ਨਾ ਉਹ ਸੱਚ ਆ ਉਹ ਜਦੋਂ ਆਪਣੇ ਪ੍ਰਤੀ ਹੋ ਕੇ ਵੀ ਹੁੰਦੀ ਆ ਨਾ ਆਪਾਂ ਫਿਰ ਕਹਿੰਦੇ ਹਾਂ ਉਹ ਵੀ ਚੀਜ਼ ਬਾਰੇ ਵਿੱਚ ਸੱਚ ਆ ਅੱਜ ਖੁਦਾ ਨੇ ਮੈਨੂੰ ਟੱਚ ਕੀਤਾ ਤੇ ਹਾਂ ਮੈਨੂੰ ਇੱਕ ਦੋ ਜਾਣੇ ਮਾਫ਼ ਵੀ ਕਰ ਦਿੰਦੇ ਸੀਗੇ ਅੱਜ ਮੈਂ ਉਹ ਵੀ ਕੀਤੇ ਚੱਲ ਲੱਗ ਉਹਨਾਂ ਨੇ ਮੇਰੇ ਨਾਲ ਗਲਤ ਕੀਤਾ ਸੀ ਕੁਛ ਵੀ ਕੀਤਾ ਸੀ ਪਰ ਅੱਜ ਮੈਂ ਉਹਨੂੰ ਮਾਫ਼ ਕਰਤਾ ਉਹਨੂੰ ਧੰਨਵਾਦ ਖੁਦਾ ਦਾ ਤੇ ਖੁਦਾ ਇਸੇ ਤਰ੍ਹਾਂ ਸਾਡੇ ਸਾਰੇ ਪਰਿਵਾਰ ਉੱਪਰ ਬਲੈਸਿੰਗ ਰੱਖੇ ਉਹ ਰੱਖੂਗਾ ਵੀ ਕਿਉਂਕਿ ਜਿੰਨਾ ਚਿਰ ਆਪਾਂ ਕਹਿੰਦੇ ਅੱਜ ਪਾਸ਼ਾ ਜੀ ਨੇ ਕਿਹਾ ਵਾ ਤੁਸੀਂ ਇੱਕ ਕਦਮ ਖੁਦਾ ਲਈ ਵਧਾਉਂਦੇ ਹੋ ਤਾਂ ਖੁਦਾ ਤੁਹਾਨੂੰ 10 ਕਦਮ ਵਧਾਉਂਦਾ ਆ ਸੱਚਮੁੱਚ ਆ ਜੈ ਮਸੀਹ ਜੀ ਹਾਂਜੀ ਇੱਕ ਮੇਰੀ ਟੈਸਟੀਮਨੀ ਆ ਜੇ ਮੈਂ ਇੱਥੇ ਖੜਾ ਹੋਣਾ ਪਾਸ ਜੀ ਨੇ ਕਿਹਾ ਤੂੰ ਖਾਸ ਲੋੜ ਦੇ ਨਹੀਂ ਆ ਮੇਰਾ ਬ੍ਰਦਰ ਨਾ ਮੈਂ ਬ੍ਰਦਰ ਨੂੰ ਕਾਲ ਕੀਤੀ ਮੈਂ ਮੇਰੀ ਭਾਬੀ ਬਿਮਾਰ ਸੀਗੇ ਤੇ ਮੈਂ ਬ੍ਰਦਰ ਨੂੰ ਕਾਲ ਕੀਤੀ ਮੈਂ ਕਿਹਾ ਵੀ ਤੂੰ ਵੀ ਖੁਦਾ ਕੋਲ ਚੱਲ ਜਾ ਵੀ ਤੂੰ ਇਕੱਲਾ ਹੀ ਰਹਿ ਗਿਆ ਮਾਨ ਸਾਰੇ ਆ ਗਏ ਆਪਾਂ
ਤੇ ਉਹ ਕੁਰਾ ਵਿੱਚ ਉਹਨੂੰ ਪਾਸੇ ਡਾਇਗਨੋਸ ਕਰਕੇ ਪ੍ਰਾਰਥਨਾ ਕੀਤੀ। ਉਹ ਕੰਮ ਨਾ ਤਾਂ ਕਦੇ ਕੰਮ ਤੇ ਜਾ ਕੇ ਰਾਜੀ ਸੀਗਾ ਤੇ ਨਾ ਕਦੇ ਕੁਛ ਵੀ ਕੰਮ ਕਰਕੇ ਰਾਜੀ ਸੀ। ਉਹ ਜਾਂਦਾ ਸੀ ਦੋ ਦਿਨ ਕਦੇ ਬਾਹਰ ਗਿਆ ਸੀ ਤਾਂ ਜਾਂ ਉਦੋਂ ਫੌਰਨ ਚ ਗਿਆ ਸੀ ਜਾਰਡਨ ਦੇ ਵਿੱਚ, ਉਦੋਂ ਵੀ ਵੜ ਕੇ ਆ ਗਿਆ ਸੀਗਾ। ਉਦੋਂ ਵੀ ਪੈਸੇ ਮੰਗਦਾ ਸੀ ਜਾ ਕੇ। ਉਹ ਹੁਣ ਇੰਡੀਆ ਗਿਆ ਸੀਗਾ ਤੇ ਪਾਸੇ ਡਾਇਗਨੋਸ ਤੇ ਮੁਕਤੀ ਦੀ ਪ੍ਰਾਰਥਨਾ ਕੀਤੀ ਤਾਂ ਉਸ ਦਿਨ ਦਾ ਉਹ ਕਿਉਂਕਿ ਸਾਨੂੰ ਪਤਾ ਕਿ ਸਾਡੇ ਕੀ ਹਾਲਾਤ ਸੀਗੇ। ਅਸੀਂ ਅੱਜ ਕਿੱਥੇ ਹਾਂ? ਖੁਦਾ ਨੇ ਵੀ ਸਾਡਾ ਜੋ ਪਰਮੇਸ਼ਵਰ ਆ, ਜੋ ਤੁਸੀਂ ਸੱਚੇ ਦਿਲ ਮੰਨਦੇ ਹੋ ਨਾ, ਤਾਂ ਤੁਹਾਨੂੰ ਰੂੜੀ ਨੂੰ ਚੱਕ ਕੇ ਮਹਿਲਾਂ ਚ ਬੰਬਾਰਾ ਪੜਿਆ ਸੀ ਮੈਂ, ਪਰ ਸੱਚ ਆ ਉਹ ਮੇਰੇ ਕੋਲੇ ਚਾਹੁੰਦੀਆਂ ਜਾਗਦੀਆਂ ਗਾਉਂਦੀਆਂ ਨੇ ਮੇਰੇ ਕੋਲੇ। ਮੇਰੀ ਮਾਂ ਕਿਹੜੀ ਆ? ਮੇਰੀ ਦਵਾਈ। ਹਾਂ, ਇੱਕ ਚੀਜ਼ ਹੋਰ, ਤੁਸੀਂ ਮਾਂ ਦੇ ਕੁੱਖ ਨੂੰ ਜਨਮ ਲੈਂਦੇ ਹੋ। ਜਦੋਂ ਤੁਸੀਂ ਦੁਬਾਰਾ ਪਰਮੇਸ਼ਵਰ ਵਿੱਚ ਜਨਮ ਲੈਂਦੇ ਹੋ ਨਾ, ਉਹ ਵੀ ਮੇਰੇ ਮਾਂ ਦੇ ਕਰਕੇ ਹੋਇਆ ਵਾ ਕਿ ਮੈਂ ਪਰਮੇਸ਼ਵਰ ਦੇ ਅਲੋਂ ਵੀ ਜਨਮ ਹੋ ਗਿਆ ਮੇਰਾ, ਉਹ ਵੀ ਮਾਂ ਨੂੰ ਹੋਇਆ। ਇਹ ਵੀ ਬਹੁਤ ਭੱਠੀਆਂ ਭੱਠੀਆਂ ਟੈਸਟਮਨੀਆਂ ਨੇ, ਹੋਰ ਵੀ ਨੇ ਮੇਰੇ ਕੋਲ ਲੱਗਣ ਨੂੰ ਦੱਸ ਦੀ ਔਰ ਪਤਾ ਨਹੀਂ। ਪ੍ਰੈਜ਼ੀਡੈਂਟ ਖਾਸ ਤਰ੍ਹਾਂ ਜਾਂ ਕੁਝ ਇਸ ਪਤਾ ਨਹੀਂ ਕਿਆ ਕਿਆ ਪਰਮੇਸ਼ਰ ਤੋਂ ਆਦਮੀ ਤੋਂ ਹੀ ਇੱਕ ਔਰਤ ਨੂੰ ਬਣਾਇਆ ਹੈ।
ਇਸ ਕਰਕੇ ਪ੍ਰਭੂ ਜੀ ਮੈਂ ਉਹਦੇ ਕੀਤੇ ਹੋਏ ਗੁਨਾਹ ਪਾਪੀ ਮੈਂ ਅੱਜ ਆਪਣੇ ਵੱਲੋਂ ਮਾਫੀ ਤੇਰੇ ਦਰਬਾਰ ਦੇ ਵਿੱਚ ਮੰਗੀ ਹਾਂ ਕਿ ਜਿਹੜੀ ਮੇਰੀ ਅੱਗੇ ਦੀ ਜ਼ਿੰਦਗੀ ਆ ਖੁਦਾ ਮੇਰੇ ਦਿਲ ਦੀਆਂ ਜਿੰਦਰੋਂ ਮੈਨੂੰ ਆਵਾਜ਼ ਦਿੱਤੀ ਕਿ ਸਿੰਮਾ ਜਦ ਤੂੰ ਹੁਣ ਇੰਡੀਆ ਜਾਏਂਗੀ ਤਾਂ ਮੈਨੂੰ ਮੇਰਾ ਘਰ ਵਾਲਾ ਮਤਲਬ ਠੀਕ ਤਰ੍ਹਾਂ ਮੇਰੇ ਨਾਲ ਗੱਲਬਾਤ ਕਰੂਗਾ ਤੇ ਮੇਰੀ ਜ਼ਿੰਦਗੀ ਅੱਗੇ ਨੂੰ ਚੰਗੀ ਚੱਲੂਗੀ ਉਹਦੇ ਨਾਲ ਸਾਰੇ ਦਾ ਧੰਨਵਾਦ ਹਾਲੇਲੂਇਆ ਥੈਂਕ ਯੂ काफी सारिया गल चलो आप एक दूसरे शेयर नहीं कर सकते है नफरत पैदा हो गई परसन से ले कि जब भी मैं देखते नहीं भी मेरा दिल करता कि मैं मर्डर करता जाके परमेश्वर का थैंक्स कर रही हूं कि अज परमेश्वर ने टच किया पास्टर जॉनी जी ने जब मैं प्रेयर कर रही थी इन्होंने मेरे सिर पे हाथ रख के प्रेयर की थी तो उस समय फील किया कि सचमुच परमेश्वर मैनु छू रहा है ते परमेश्वर थैंक्स करती हूं कि आज मैं डिलीवरेंस को पाके जा रही हैगी हां ते जिस तरह परमेश्वर ने मैनु डिलीवरेंस दी है उस तरह परमेश्वर सब में डिलीवरेंस देगा हालेलुया गॉड ब्लेस यू हेलो सारे बहनों को जय मसीह जय मसीह सारे बहनों को जय मसीह जय मसीह ਉਹ ਜ਼ਮੀਨ ਨੂੰ ਵੇਚਣਾ ਚਾਹੁੰਦੇ ਸੀਗੇ ਤੇ ਮੈਂ ਉਹ ਜ਼ਮੀਨ ਨੂੰ ਵੇਚਣਾ ਨਹੀਂ ਚਾਹੁੰਦੀ ਸੀਗੀ ਜਿਹੜੀ ਕਿ ਮੇਰੇ ਬੇਟੇ ਦੇ ਨਾਮ ਤੇ ਆ ਉਹਨੂੰ ਲੈ ਕੇ ਲੌਂਗ ਟਾਈਮ ਤੋਂ ਮੈਂ ਬਹੁਤ ਜ਼ਿਆਦਾ ਕਨਫਿਊਜ਼ ਰਹਿੰਦੀ ਸੀ ਤੇ ਮੈਂ ਆਪਣੇ ਹਸਬੈਂਡ ਨੂੰ ਬਹੁਤ ਜ਼ਿਆਦਾ ਬੁਰਾ ਭਲਾ ਕਹਿੰਦੀ ਹੁੰਦੀ ਸੀ ਮੈਂ ਪਾਸਟਰ ਜੀ ਨਾਲ ਗੱਲ ਕਰਨੀ ਤੇ ਇਹਨਾਂ ਨੇ ਮੈਨੂੰ ਹਮੇਸ਼ਾ ਇੱਕੋ ਗੱਲ ਕਹਿਣੀ ਕਿ ਤੂੰ ਆਪਣੇ ਪਾਸਟ ਨੂੰ ਭੁੱਲ ਜਾ ਤੇ ਤੂੰ ਸਹੀ ਰਹਿਣ ਲੱਗ ਜੇਗੀ ਤੇ ਅੱਜ ਜਦ ਹੀ ਮੈਂ ਇੱਥੇ ਆਈ ਮੈਨੂੰ ਬਹੁਤ ਜ਼ਿਆਦਾ ਘਬਰਾਹਟ ਹੋਣ ਲੱਗੀ ਮੇਰਾ ਦਿਲ ਕਰਦਾ ਸੀ ਕਿ ਮੈਂ ਚਰਚ ਦੇ ਵਿੱਚ ਕਿਸੇ ਦਾ ਵੀ ਕਤਲ ਕਰ ਦੇਵਾਂ ਮੈਂ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸੀ ਜਦੀ ਪ੍ਰੇਅਰ ਕੀਤੀ ਮੈਂ ਇੱਕਦਮ ਸ਼ਾਂਤ ਹੋਈ ਤੇ ਉਸ ਤੋਂ ਬਾਅਦ ਵੀ ਜਦੀ ਮੈਂ ਪ੍ਰੇਅਰ ਕੀਤੀ ਕਿ ਖੁਦਾ ਜੋ ਵੀ ਮੇਰਾ ਪਾਸਟ ਆ ਜਿਹਦੇ ਕਰਕੇ ਮੈਨੂੰ ਇਹ ਸਾਰਾ ਕੁਝ ਹੋ ਰਿਹਾ ਪ੍ਰਭੂ ਨੂੰ ਮੇਰੇ ਸਾਹਮਣੇ ਲੈ ਕੇ ਆਓ ਤਾਂ ਕਿ ਮੈਂ ਫੀਲ ਕਰਾਂ ਦਿਲ ਤੋਂ ਮਾਫੀ ਮੰਗਾਂ ਕਿ ਜਿਹੜਾ ਮੇਰਾ ਪਾਸਟ ਆ ਤਾਂ ਹੁਣ ਮੇਰੇ ਫਿਊਚਰ ਦੇ ਵਿੱਚ ਉਹ ਕਦੇ ਵੀ ਨਾ ਸਕੇ ਇੱਕੋ ਦਮ ਉਹ ਗੱਲ ਮੇਰੇ ਦਿਮਾਗ ਦੇ ਵਿੱਚ ਆਈ ਕਿ ਮੇਰੇ ਹਸਬੈਂਡ ਨਾਲ ਮੈਂ ਹਰ ਰੋਜ਼ ਬਹਿਸ ਕਰਦੀ ਹੈਗੀ ਹਾਂ ਇੱਕ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਤਾਂ ਮੈਂ ਖੁਦਾ ਦੇ ਅੱਗੇ ਉਸੇ ਟਾਈਮ ਮਾਫੀ ਮੰਗੀ ਕਿ ਪ੍ਰਭੂ ਅੱਜ ਤੋਂ ਬਾਅਦ ਮੈਂ ਕਦੇ ਉਹ ਜ਼ਮੀਨ ਦੇ ਟੁਕੜੇ ਨੂੰ ਯਾਦ ਵੀ ਨਹੀਂ ਕਰਾਂਗੀ ਜੋ ਵੀ ਮੇਰੇ ਹਸਬੈਂਡ ਤੇ ਮੇਰੇ ਵਿਚਕਾਰ ਹੋਇਆ ਪ੍ਰਭੂ ਅੱਜ ਤੋਂ ਮੈਂ ਉੱਥੇ ਛੱਡ ਚੱਲੀ ਹਾਂ ਜੋ ਜ਼ਮੀਨ ਅੱਜ ਲੈਣਾ ਚਾਹੁੰਦਾ ਤਾਂ ਪ੍ਰਭੂ ਉਹ ਲੈ ਲੇ ਮੈਨੂੰ ਪਤਾ ਕਿ ਤੂੰ ਮੈਨੂੰ ਬਹੁਤ ਕੁਝ ਦੇਣ ਦੀ ਸਮਰੱਥ ਰੱਖਦਾ ਤਾਂ ਮੈਂ ਅੱਜ ਖੁਦ ਨੇ ਪ੍ਰੋਮਿਸ ਕੀਤਾ ਨਾਲ ਦੇ ਨਾਲ ਮੈਨੂੰ ਸ਼ਾਂਤੀ ਮਿਲੀ ਤਾਂ ਉਹ ਇੱਕੇ ਤਾਂ ਮੈਨੂੰ ਇਹ ਲੱਗਿਆ ਕਿ ਜਿੱਦਾਂ ਮੇਰੀ ਪੂਰੀ ਬੋਡੀ ਦੇ ਵਿੱਚੋਂ ਕਿਸੇ ਨੇ ਉਹ ਸਾਰਾ ਬੋਝ ਹੀ ਚੁੱਕ ਲਿਆ ਹੋਵੇ ਤਾਂ ਮੈਂ ਬਹੁਤ ਵਧੀਆ ਫੀਲ ਕਰ ਰਹੀ ਹਾਂ ਕਿ ਹੁਣ ਲੱਗਦਾ ਕਿ ਮੈਨੂੰ ਕੋਈ ਬਿਮਾਰੀ ਨਹੀਂ ਕੋਈ ਟੈਨਸ਼ਨ ਨਹੀਂ ਮੇਰੀਆਂ ਟੈਨਸ਼ਨ ਦੀਆਂ ਸਾਰੀਆਂ ਦਵਾਈਆਂ ਚੱਲਦੀਆਂ ਸੀਗੀਆਂ ਬਹੁਤ ਜ਼ਿਆਦਾ ਮੈਂ ਅਪਸੈਟ ਰਹਿੰਦੀ ਸੀ ਤਾਂ ਅੱਜ ਖੁਦਾ ਨੇ ਮੇਰੀ ਜ਼ਿੰਦਗੀ ਵਿੱਚ ਸੱਚਮੁੱਚ ਬਹੁਤ ਵੱਡਾ ਚਮਤਕਾਰ ਜੈ ਸ੍ਰੀ ਸਾਰਿਆਂ ਨੂੰ ਆਮੇਨ 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 ਇਹ ਕਮਲ ਜੀ ਦਾ ਰਹੀ ਦੀ ਹੈ ਪ੍ਰੇਸਾ ਇਧਰ ਹੈ ਸਿਸਟਰ ਜੀ ਦੇ ਆਈ ਭਈਆ ਆਪ ਬਲੌਕ ਕਰ ਰਹੇ ਸਭ ਲੋਕਾਂ ਨੂੰ ਥੋੜਾ ਸਾ हालेलुया प्रेज द लॉर्ड आज जब हम प्रेयर कर रहे थे कि मुझे महसूस होया कि खुदा ने मुझे खुश छुआ है और मुझे रोना जोर जोर से धड़का रहा था कि रो मैं और मैं रो भी रही थी मैं महसूस कर रही थी कि मैं रो रही हूँ
और मेरी आंखों से आंसू भी आ रहे थे। मैं बहुत ज्यादा मैं बोलिया सीगा पर मेरे दिल में ये भी आ रहा है कि तू कहीं बहुत सारे बच्चों ने बहुत गंद बंदा बोलिया हुआ, क्योंकि पहला भी ये आज सीगा कि मैंने बहुत बुरा करता सीगा। मेरे दिल के बीच उदली बारह सी निकल रही थी कि ने मैंने ऐसा क्यों किया, पर आज मैंने कहा मेरे को खुद भी जो मेरे दिल में चलता मैं बाहर निकल रही है तो उसी जगह पे उतना भी नसीस निकल मेरे दिल के बीच ये मैं महसूस किया आज। लक्ष्मी बहुत कुछ हो रहा है आज, कौन सा सेशन खास था आपके लिए? सारे ब्रदर और सिस्टर नु जान सी दी मेरी आज दी एक वाई है कि खुदा ने मेनू छोड़ा काज किया। जिंदगी इंसान तो बहुत गलत ना करता क्योंकि इंसान गलत नहीं मनुला है, तो जो भी मेरे किसी के नाल लड़ाई झगड़ा होया सी मैं उन्होंने अज माफ कर दिता। खुदा ने मैंने छूया टच किया क्योंकि वो मेरे दिल के बहुत घबराहट सी, बहुत ज्यादा मैं सोच रही थी मैं इदा आत्मा मैं लड़ा मैं हथों पाई होव, तो पर खुदा ने अज मैं छूया टच किया तो मैं अज एंजल भी दिस प्रभु का दूत भी दिसा मैं मैं बहुत दर्शन किया जल बहुत ब्लैस हुई हाँ। जब पास्टर जी प्रे करते तो इन्होंने मेरे सिर पर हथ रख के प्रे की तो खुदा के आत्मा ने मैंने छूया टच किया, तो मैं प्रभु का बहुत बहुत धन्यवाद करती हूँ तो खुदा के दासा का भी बहुत बहुत धन्यवाद करती सारे जय श्री ये लोग अधीनों का है, अधीनों में हमारा काम चालू हुआ है तो खुद टच किया खुदा ने उसे मेरे छाती के बीच मैंने छेद दी जाए खुदा ने तो मेरे सामने खड़े रानी ने खुदा तो मैं बहुत खुशी हुई भी खुदा ने सू टच किया खुदा ने साढ़े को दवाइया वाद खुदा साढ़िया पूरी कर दे थोड़ी रुक गए असं खुदा ने जरूर दवाने सारे जय मसीह जी धन्यवाद। मैं जस्ट यही दसना चाहनी है कि मेरे बहुत टाइम तो मीन्स की एलर्जी हो जाती थी, मैं फर्स्ट टाइम चर्च आई तो मेरे प्रे हुई मेरे ऊपर तो मेरी वो एलर्जी ठीक हो गई और मेरे एलर्जी नहीं होंगी मैं सही हाँ। चलो मीटिंग होनी है ये की होगा की नहीं
ਤਾਂ ਮੇਰੇ ਮਨ ਵਿੱਚ ਸੀਗਾ ਕਿ ਮੈਂ ਖੁਸ਼ੀ ਇੱਕ ਮੈਨੂੰ ਮਿਲਣੀ ਇਸ ਮੀਟਿੰਗ ਵਿੱਚ ਜਾ ਕੇ ਤੇ ਅੱਜ ਜਦੋਂ ਆਪਣੀ ਫਸਟ ਸੈਸ਼ਨ ਸ਼ੁਰੂ ਹੋਇਆ ਤੇ ਉਹਦੇ ਵਿੱਚ ਜਦੋਂ ਮੈਂ ਆਪਣੇ ਪਾਪਾ ਦੀ ਮਾਫੀ ਮੰਗੀ ਤੇ ਕਈ ਚੀਜ਼ਾਂ ਨੂੰ ਮੈਂ ਮਾਫ ਨਹੀਂ ਕਰ ਸਕਦੀ ਸੀ ਅੱਜ ਉਹਨਾਂ ਸਾਰੀਆਂ ਚੀਜ਼ਾਂ ਦੀ ਮੈਂ ਮਾਫੀ ਮੰਗੀ ਖੁਦਾ ਤੋਂ ਤੇ ਕੋਈ ਕਈ ਚੀਜ਼ਾਂ ਇੱਦਾਂ ਦੇ ਸੀ ਜਿਸ ਤੋਂ ਮੈਂ ਬਹੁਤ ਦੁਖੀ ਸੀਗੀ ਕਿ ਮੇਰੇ ਨਾਲ ਇੱਦਾਂ ਮੇਰੀ ਲਾਈਫ ਵਿੱਚ ਹੋਇਆ ਅੱਜ ਮੈਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਸਿੱਖਿਆ ਪਾਈ ਹੈ ਤੇ ਖੁਦਾ ਨੇ ਮੈਨੂੰ ਇੰਨਾ ਟੱਚ ਕੀਤਾ ਮੈਂ ਸੋਚਦੀ ਸੀਗੀ ਕਿ ਮੈਂ ਕਦੀ ਪਵਿੱਤਰ ਆਤਮਾ ਨੂੰ ਮਹਿਸੂਸ ਕਰੂੰਗੀ ਕਿ ਨਹੀਂ ਪਰ ਅੱਜ ਮੈਨੂੰ ਖੁਦਾ ਨੇ ਟੱਚ ਕੀਤਾ ਤੇ ਮੈਂ ਉਹ ਸਾਰਾ ਕੁਝ ਮਹਿਸੂਸ ਕੀਤਾ ਕਿ ਜੋ ਆਪਣੀ ਮਸੀਹ ਵਿੱਚ ਹੋਣਾ ਚਾਹੀਦਾ ਹੈ ਆਮੇਨ 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 ਪ੍ਰੇਜ਼ ਦ ਲਾਰਡ ਸਾਰੇ ਜੈਮ ਸਿੰਘੀ ਪਰਮੇਸ਼ਰ ਨੂੰ ਧੰਨਵਾਦ ਕਰਦੇ ਖੁਦਾ ਮੈਂ ਕਿ ਅੱਜ ਇਸ ਜਗ੍ਹਾ ਤੇ ਪਰਮੇਸ਼ਰ ਲੈ ਕੇ ਆਇਆ ਮਾਰਨਿੰਗ ਜਦੋਂ ਮੈਂ ਆਈ ਹੈ ਕਿਉਂਕਿ ਇਸ ਮੀਟਿੰਗ ਦੇ ਲਈ ਬਹੁਤ ਟਾਈਮ ਪਹਿਲਾਂ ਹੀ ਪ੍ਰੇਅਰ ਸਟਾਰਟ ਕਰ ਦਿੱਤੀ ਸੀ ਇਨਕਾਊਂਟਰ ਮੀਟਿੰਗਸ ਲਈ ਕਿਉਂਕਿ ਸਾਡੀ ਲਾਈਫ ਦੇ ਵਿੱਚ ਬਹੁਤ ਸਾਰੀ ਐਸੀਆ ਹਾਲਾਤ ਆ ਜਾਂਦੇ ਆ ਜੈਸੇ ਪਾਪ ਨਾ ਆ ਜਾਂਦੇ ਤੇ ਜਿਸ ਲਈ ਸਾਨੂੰ ਪਰਮੇਸ਼ਰ ਨਾਲ ਇਨਕਾਊਂਟਰ ਕਰਨਾ ਬਹੁਤ ਜ਼ਰੂਰੀ ਹੈਗਾ ਆ ਕਿਉਂਕਿ ਪਰਮੇਸ਼ਰ ਦੀ ਜੋ ਮਰਜ਼ੀ ਆ ਉਸਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ ਅੱਜ ਜਦੋਂ ਮੈਂ ਇਸ ਪਰਮੇਸ਼ਰ ਦੀ ਹਜ਼ੂਰ ਦੇ ਵਿੱਚ ਆਈ ਆ ਤੇ ਮੈਂ ਹਲੇ ਜਸਟ ਖੜੀ ਸੀਗੀ ਉੱਥੇ ਪਰਮੇਸ਼ਰ ਨੇ ਇੰਨਾ ਟੱਚ ਕੀਤਾ ਆ ਮੈਂ ਦੱਸ ਨਹੀਂ ਸਕਦੀ ਕਿ ਮੇਰਾ ਰੋਣਾ ਆ ਰਿਹਾ ਸੀ ਕਿ ਪਰਮੇਸ਼ਰ ਨੇ ਸੱਚਮੁੱਚ ਅੱਜ ਇਨਕਾਊਂਟਰ ਹੋਇਆ ਹੈ ਪਰਮੇਸ਼ਰ ਦਾ ਧੰਨਵਾਦ ਕਰਦੀ ਆ ਔਰ ਪਰਮੇਸ਼ਰ ਨੇ ਬਹੁਤ ਸਾਰੇ ਵਿਜ਼ਿਟਸ ਦਿਖਾਏ ਆ ਔਰ ਸੋਨੇ ਦੀਆਂ ਚੀਜ਼ਾਂ ਦੇਖ ਰਹੀ ਸੀ ਸੋਨੇ ਦੇ ਪਲੇਸ ਦੇਖ ਰਹੀ ਸੀ ਔਰ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਦੇਖ ਰਹੀਆਂ ਮੇਰੇ ਲਈ ਕਿ ਮੈਂ ਉਸ ਕਾਬਿਲ ਨਹੀਂ ਹੈ ਜਿਸ ਪਰਮੇਸ਼ਰ ਨੇ ਉਸ ਚੀਜ਼ਾਂ ਨੂੰ ਦਿਖਾਇਆ ਹੈ ਮੈਂ ਪਰਮੇਸ਼ਰ ਦਾ ਥੈਂਕਸ ਕਰਦੀ ਆ ਸਾਰਿਆਂ ਨੂੰ ਗੋਡ ਬਲੇਸ ਯੂ ਕਿਸੇ ਨੂੰ ਸੈਲਿਡੀ ਹੋ ਜਾ ਜਾਨੀ ਸਾਰਿਆਂ ਨੂੰ ਮੈਂ ਪਾਈ ਕਰਾਉਂਦਾ ਜਦੋਂ ਮੈਂ ਪਾਈ ਪਾਛੇ ਇਹ ਤੇ ਪ੍ਰੇਰ ਕਰਦੇ ਜਦੋਂ ਵੀ ਹਣ ਨੇ ਕਿ ਉਹ ਪਤਾ ਨਹੀਂ ਪ੍ਰਭੂ ਨੇ ਇੱਕਦਮ ਸੁਣਿਆ ਕਿ ਮੇਰਾ ਸਰੀਰ ਐ ਕੰਮ ਰਿਹਾ ਇੱਕ ਵਾਰ ਨੂੰ ਸਰੀਰ ਐ ਕੰਮ ਦਾ ਮੈਨੂੰ ਪਤਾ ਹੀ ਲੱਗਾ ਉਸ ਵੇਲੇ ਪ੍ਰਭੂ ਨੇ ਇੱਕ ਵਾਰ ਮੈਨੂੰ ਸੁਣਿਆ ਮੈਂ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸ਼ੁਕਰੀਆ ਦਾ ਜਾਨੀ ਸਾਰਿਆਂ ਨੂੰ ਜਿਹੜਾ ਇੰਪੋਰਟੈਂਟ ਚੀਜ਼ ਮੇਰੇ ਕਰੀਅਰ 'ਚ ਹੋਈ ਹੈ ਉਹ ਇਹ ਕਿ ਮੈਂ ਕੁਝ ਜ਼ਿੰਦਗੀ 'ਚ ਨਵੇਂ ਸਟੈਪ ਲੈਣਾ ਚਾਹ ਰਿਹਾ ਕਿਉਂਕਿ ਮੇਰੇ ਦਿਲ 'ਚ ਕੁਝ ਡਰ ਵੀ ਹੈ ਅਤੇ ਮੈਨੂੰ ਕਹਿੰਦਾ ਨਾ ਮੇਰੀ ਕੁਐਸਚਨ ਵੀ ਹੈ ਬਟ ਬਹੁਤ ਜ਼ਿਆਦਾ ਮੈਨੂੰ ਇੰਕਰੇਜਮੈਂਟ ਮਿਲੀ ਹੈ ਅਤੇ ਜਿਹੜੇ ਵੀ ਅੱਜ ਦੇ ਸੈਸ਼ਨ 'ਚ ਹੋਏ ਨੇ ਔਰ ਮੈਂ ਥੈਂਕ ਯੂ ਫੋਰ ਅਸਰ ਜੀ ਦਾ ਕਿ ਜਿਨ੍ਹਾਂ ਨੇ ਜਿਹੜੇ ਕਿ ਪਿਆਰ ਦੇ ਨਾਲ ਜ਼ਬਰਦਸਤੀ ਨੇ ਕਿ ਕੰਮ ਪੜ੍ਹ ਕੇ ਅਤੇ ਸਮਝਾਉਣ ਵਾਲੀ ਗੱਲ ਉਸ ਤਰ੍ਹਾਂ ਕੀਤੀ ਹੈ ਉਹਦੇ ਲਈ ਮੈਂ ਬਹੁਤ ਬਹੁਤ ਥੈਂਕ ਯੂ ਕਰਨਾ ਲਾਦਾ ਜੀ ਮੇਰੇ ਚਲੋ ਵਿੱਚ ਮੇਰੇ ਦਿਲ ਦੇ ਦਿਮਾਗ ਨੂੰ ਹੋਰ ਕੁਝ ਹੈ ਮੇਰੀ ਮਦਦ ਕੀਤੀ ਕਿ ਅਸੀਂ ਇੱਕ ਸਕਾਂ ਤੇ ਬਾਕੀ ਇਹ ਕਿ ਜੋ ਫਿਊਚਰ ਚ ਜਿਹੜਾ ਮੈਂ ਤੁਹਾਨੂੰ ਦੱਸ ਸਕਦਾ ਚੇਂਜ ਯਰ ਪਲਾਨਸ ਆਫ ਗੋਇੰਗ ਟੂ ਪਾਕਿਸਤਾਨ ਪਾਰਟ 2 ਇਸ ਕਮਿੰਗ ਇਨ ਅਗਸਟ ਜੈ ਜੀ ਜੀ ਸਾਰੇ ਸਰਦੀ ਤਰ੍ਹਾਂ ਲੱਗਦਾ ਸੀਗਾ ਪਰ ਅੱਜ ਜਦੋਂ ਮੈਂ ਪਲੇ ਕਰ ਰਿਹਾ ਸੀ ਮੈਂ ਖੁਦਾ ਦਿਖਾਊ ਕੀ ਆ ਉਹ ਸੱਚਮੁੱਚ ਉਹ ਦੱਸ ਰਿਹਾ ਸੀ ਨਾ ਯਸ਼ੂ ਮੁਸ਼ ਸੀਗਾ ਆਲੇ ਦੁਆਲੇ ਘੁੰਮ ਰਹੇ ਸਭ ਸੀਗੇ ਜਿਵੇਂ ਸਵਰਗ ਵਿੱਚ ਖੁਦਾ ਦੇ ਨਾਲ ਸੇ ਆਸੇ ਪਾਸੇ ਘੁੰਮ ਰਹੇ ਆ ਅਸੀਂ ਉਹਦੀ ਛੱਤਰ ਛਾਇਆ ਦੇ ਥੱਲੇ ਆ ਤੇ ਮੈਂ ਜਦੋਂ ਇਹ ਦਰਖਤ ਕੀ ਆ ਕੱਢ ਮੈਨੂੰ ਦਿਖਾਈ ਦਿੰਦਾ ਕੀ ਇਹ ਬੈਠਾ ਵਾਲਾ ਦਰਖਤ ਆ ਤੇ ਆਲੇ ਦੁਆਲੇ ਘੁੰਮ ਰਹੇ ਆ ਬੱਚੇ ਆ ਫੁੱਲ ਆ ਸਾਰੇ ਕੀ ਚੀਜ਼ ਆਏ ਪਰ ਜਦੋਂ ਮੈਂ ਪ੍ਰੇਅ ਕਰਨ ਦੱਸਦੇ ਅੱਜ ਮੈਨੂੰ ਦਿਖਾਇਆ ਖੁਦਾ ਨੇ ਉਹ ਜੋ ਬੜਾ ਦਰਖਤ ਆ ਯਸ਼ੂ ਆ ਖੁਦਾ ਦਾ ਅਸੀਂ ਉਹਦੇ ਆਲੇ ਦੁਆਲੇ ਘੁੰਮ ਰਹੇ ਅਸੀਂ ਉਹਦੀ ਛਾਇਆ ਥੱਲੇ ਰਹਿ ਰਹੇ ਆ ਤੇ ਉਹ ਬਹੁਤ ਵਧੀਆ ਲੱਗਿਆ ਮੈਨੂੰ ਖੁਦਾ ਸੱਚਮੁੱਚ ਨੇ ਮੈਂ ਜੋ ਮੈਂ ਸਵਾਲ ਕਹਿੰਦਾ ਸੀ ਨਾ ਖੁਦਾ ਮੈਨੂੰ ਦੱਸੇ ਕੀ ਗੱਲ ਆ ਤੇ ਉਹ ਖੁਦਾ ਨੇ ਸਵਾਲ ਦਾ ਜਵਾਬ ਦਿੱਤਾ ਮੈਨੂੰ ਅੱਜ ਥੈਂਕ ਯੂ ਜੈ ਮਸੀਹ ਸਾਰਿਆਂ ਨੂੰ ਆਮੇਨ ਆਮੇਨ ਪ੍ਰਾਰਥਨਾ ਕੀਆ ਉਸ ਲਾਈਵ ਮੈਂ ਮੈਂ ਅੱਜ ਮੇਰੇ ਕੋ ਸ਼ੁਕਰ ਔਰ ਮੇਰੇ ਕੋ ਬਹੁਤ ਅੱਛਾ ਲੱਗਾ ਮੈਂ ਥੋੜਾ ਨਰਵਸ ਹੋਈ ਸੀ ਔਰ ਮੈਂ ਰੋਣੇ ਵੀ ਲੱਗੀ ਲੇਕਿਨ ਮੇਰੇ ਕੋ ਐਸਾ ਲੱਗ ਰਿਹਾ ਥਾ ਕਿ ਪਰਮੇਸ਼ਵਰ ਐਸੇ ਸਭੀ ਲੋਕੋ ਕੇ ਬੀਚ ਘੂਮ ਰਿਹਾ ਹੈ ਤੋ ਮੈਂ ਐਸੇ ਮਹਿਸੂਸ ਕੀਆ ਔਰ मैंने पास्टर जी से एक प्रेयर क्लियर करवाई थी व्हाट्सएप पर वो भी मेरा काम जो था वो भी पूरा हो गया मैंने आज बहुत देर बाद में ये स्टेज पर आई हूँ 12 साल बाद आमीन हालेलुया वाह 12 साल